ਅਸੀਂ ਹੁਣ ਚੱਲੇ ਆ ਜੀ ਸ਼ਵਾਰਜ਼ੈਕ, ਮਤਲਬ ਕਾਲੇ ਕੋਨੇ ਤੇ, ਪਹਾੜੀ ਦੇ ਕਾਲੇ ਕੋਨੇ ਤੇ ਚੱਲੇ ਆ। ਅਸੀਂ ਤੁਹਾਨੂੰ ਉਹ ਦਿਖਾਉਂਦੇ ਆ, ਨਾਮ ਉਹਦਾ ਸ਼ਵਾਰਜ਼ੈਕ ਹੈ ਜਰਮਨ, ਜੇ ਆਪਾਂ ਇੰਡੀਅਨ ਚ ਉਹਨੂੰ ਕਨਵਰਟ ਕਰ ਦਈਏ ਆਪਣਾ ਪੰਜਾਬੀ ਜਾਂ ਹਿੰਦੀ ਚ, ਕਾਲਾ ਕਿਨਾਰਾ, ਕਾਲਾ ਕੋਨਾ। ਜਿਹੜਾ ਟਾਊਨ ਜਿਹਾ ਬਸਿਆ ਥੱਲੇ ਦਿਦਾ ਹੋਊਗਾ ਤੁਹਾਨੂੰ, ਛੋਟੇ ਜਿਹੇ ਘਰ ਹੈ, ਕਿੰਨੇ ਛੋਟੇ ਛੋਟੇ ਜਿਹੇ, ਕਿੰਨੇ ਵਧੀਆ ਲੱਗ ਰਹੇ ਨੇ। ਔਰ ਉੱਥੇ ਪਹਾੜ ਸਾਰੇ, ਪਹਾੜਾਂ ਦੇ ਵਿੱਚ ਹੈਗਾ ਘਰ। ਔਰ ਤੇ ਸਰਦੀਆਂ ਨੂੰ ਬੜੀ ਠੰਡ ਵੀ ਪੈਂਦੀ ਹੋਣੀ ਹੈ। ਰਾਈਟ ਸਾਈਡ, ਸਾਡੇ ਰਾਈਟ ਸਾਈਡ ਤੇ ਦੇਖੋ ਕਿੰਨੀ ਡੂੰਘੀ ਖਾਈ ਹੈ, ਔਰ ਕਿੰਨੀ ਰਿਸਕੀ ਪਹਾੜੀ ਹੈ। ਧਿਆਨ ਨਾਲ ਜਾਓਗੇ ਤਾਂ ਵਧੀਆ ਰਹੂਗਾ। ਧਿਆਨ ਨਾਲ ਹੀ ਜਾ ਰਹੇ ਹਾਂ ਜੀ, 40 ਦੀ ਸਪੀਡ ਹੈ, ਔਰ ਇਤੋਂ ਧਿਆਨ ਨਾਲ ਕੀ ਜਾਵਾਂ, ਮੈਂ ਧੱਕਾ ਹੀ ਮਾਰ ਲਈ ਉਤਰ ਗਿਆ। ਫਿਰ ਕਹਿੰਦੇ ਆ ਧਿਆਨ ਨਾਲ ਸਾਡੀ ਬਣਦੀ ਨਹੀਂ, ਬਟ ਸਾਨੂੰ ਬਣਾ ਕੇ ਰੱਖਣੀ ਪੈਂਦੀ ਕਈ ਵਾਰੀ। ਸੱਪ ਵੱਲ ਖਾਂਦਾ ਹੀ ਜਾਂਦਾ ਰੋਡ ਉੱਪਰ ਨੂੰ, ਤੇ ਪਹਾੜੀ ਦੇ ਬਿਲਕੁਲ ਉੱਪਰ ਆਏ ਹਾਂ। ਦੇਖੋ ਕਿੰਨੀ ਵਧੀਆ ਨਜ਼ਰ ਆ ਰਹੀ ਪਹਾੜੀ ਸਾਈਡ ਤੋਂ। ਅਸੀਂ ਜੀ ਇੱਧਰ ਲਾਤੀ ਗੱਡੀ ਹੁਣ ਆਪਣੀ, ਕਿਉਂਕਿ ਇੱਥੇ ਹੁਣ ਜਿਹੜਾ ਆਟੋਮੈਟਿਕ ਮਸ਼ੀਨ ਹੈ ਅਤੇ ਪਾਰਕਿੰਗ ਸਲਿੱਪ ਨਿਕਲਦੀ, ਉਹ ਖਰਾਬ ਹੈ। ਹੁਣ ਆਪਾਂ ਪਾਰਕਿੰਗ ਫਰੀ ਵਾਲੀ ਲਾਤੀ ਇੱਧਰ, ਹੁਣ ਜੇ ਖਰਾਬ ਹੈ ਤਾਂ ਹੁਣ ਕੀ ਕਰ ਸਕਦੇ ਹਾਂ, ਸਾਰਿਆਂ ਦੀ ਖੜੀਆਂ ਇੱਧਰ। ਅਸੀਂ ਗੱਡੀ ਪਿੱਛੇ ਲਾਤੀ ਹੈ ਪਾਰਕਿੰਗ, ਜਿਹਦਾ ਉਹ ਚੱਲ ਨਹੀਂ, ਅੱਗੇ ਵੀ ਹੈਗੀ ਪਾਰਕਿੰਗ 500 ਮੀਟਰ, ਮੈਂ 500 ਮੀਟਰ ਤੁਰ ਕੇ ਚੱਲਦੇ ਹਾਂ, ਨਾਲੇ ਸੈਰ ਹੋ ਜੂਗੀ, ਉਸ ਤੋਂ ਬਾਅਦ ਅੰਦਰ ਜਾਣਾ। ਜਿਹੜਾ ਝੂਲਾ ਜਿਹਾ ਹੈਗਾ ਉਹ 'ਚ ਬਹਿ ਕੇ ਲੈ ਕੇ ਜਾਊਗੀ ਸਾਨੂੰ ਥੋੜ੍ਹਾ ਜਿਹਾ ਉੱਤੇ, ਟਿੰਬਲ ਟ੍ਰੇਨ ਵਾਂਗ ਹੋਈ ਆ, ਦੋ ਬੰਦੇ ਬਹਿ ਸਕਦੇ ਉੱਤੇ ਇੱਕ ਵਾਰ ਇੱਕ ਝੂਲੇ 'ਤੇ। ਕਾਲੀ ਗਾਂ ਬੈਠੀ ਪ੍ਰਿਆ ਵਾਗੀ, ਸਾਡੀ ਸ਼ਾਂਤ ਸੀ ਸੁਸਤੀ, ਜਿਹ 'ਚ ਬਹਿ ਕੇ ਜਾਣਾ ਅਸੀਂ ਉੱਤੇ, ਉਹਨੂੰ ਜੈਸਲ ਬਾਨ ਕਹਿੰਦੇ ਆ, ਕਿਉਂਕਿ ਜੈਸਲ ਸੀਟ ਨੂੰ ਕਹਿ ਦਿੰਦੇ ਆ, ਬਾਨ ਕਹਿੰਦੇ ਟ੍ਰੇਨ ਨੂੰ, ਜਿਹੜੀ ਉਹ ਚਲਾ ਕੇ ਲੈ ਕੇ ਜਾਂਦੀ ਟ੍ਰੇਨ, ਟਿੰਬਲ ਟ੍ਰੇਨ ਵਾਂਗ ਹੀ ਹੋ ਗਈ ਹੈ ਵੀ। ਬਟ ਦੋ ਬੰਦੇ ਬਹਿ ਸਕਦੇ ਆ ਇੱਥੇ ਇੱਕ ਦੇ ਉੱਤੇ। ਹੁਣ ਇੱਥੇ ਸਾਹਮਣੇ ਬੋਰ ਆ ਗਿਆ, ਵੈਲਕਮ ਕਰਤਾ ਗਿਆ ਨੇ, ਉੱਧਰ ਜਾ ਕਹਿੰਦੇ ਇੱਧਰ ਆਓ, ਇੱਧਰ ਆਓ, ਸਾਡੇ ਟਿਕਟਾਂ ਖਰੀਦੋ, ਪੈਸੇ ਲੱਗਦੇ, ਉੱਥੇ ਵੈਲਕਮ ਹੀ ਹੁੰਦਾ, ਵੈਲਕਮ ਹੀ ਕਰਦੇ ਆ, ਬਹੁਤ ਪਰੋਸ ਪਰੋਸ ਕੇ। ਹੋਰ ਕੀ ਦੇਖਣਾ ਯਾਰ, ਕੀ ਹੈ ਛੋਟੀ ਜਿਹੀ ਇਲੈਕਟ੍ਰੋਨਿਕ ਗੱਡੀ ਉੱਪਰ ਜਾਂਦੀ ਪਈ ਹੈ ਨਾ, ਟ੍ਰੇਨਾਂ ਜੀਆਂ, ਉਹ ਟਿੰਬਲ ਟ੍ਰੇਨਾਂ, ਇਹਨਾਂ ਦੇ ਲੈ ਕੇ ਜਾਂਦੇ ਬਿਠਾ ਕੇ। ਹਾਂ ਹੁਣ ਟਿਕਟ ਲਈਏ, ਸਾਹਮਣੇ ਕਾਊਂਟਰ ਹੈਗਾ, ਟਿਕਟ ਕਾਊਂਟਰ, ਉਹਨਾਂ ਤੋਂ ਟਿਕਟ ਦਾ ਪੁੱਛਦੇ ਹਾਂ ਕਿੰਨੇ ਦੀ ਕੀ ਹਿਸਾਬ ਕਿਤਾਬ ਹੈ। ਜੀ ਉਹ ਕਾਰਡ ਖਰੀਦਿਆ ਸੀ, ਹਾਂਜੀ, ਹੁਣ ਅਸੀਂ ਚੱਲੇ ਹਾਂ ਇੱਥੇ ਸਕੈਨ ਕਰਕੇ, ਚਲੋ ਜੀ ਅੰਦਰ ਪਾਓ ਕਾਰਡ ਨੂੰ, ਆ ਪਾਤਾ ਅਤੇ ਖੁੱਲ ਗਈ। ਇੱਕ ਬੰਦੇ ਦੀ 13 ਯੂਰੋ ਦੀ ਸੀਗੀ, ਤੇ 13 ਯੂਰੋ ਦੀ ਜਾਣ ਜਾਂਦੀ ਹੈ, ਤੇ ਉੱਪਰ ਥੋੜਾ ਘੁੰਮ ਫਿਰ ਕੇ ਤੇ ਆਉਂਦੇ ਹੋਏ ਅਸੀਂ ਪੈਦਲ ਤੁਰ ਕੇ ਆਵਾਂਗੇ ਥੱਲੇ ਉਹਦੀ। ਬਟ ਮੈਨੂੰ ਇਹ ਨਹੀਂ ਸਮਝ ਆ ਰਿਹਾ, ਕੋਈ ਵੀ ਨਹੀਂ ਦਿਸ ਰਿਹਾ ਮੈਨੂੰ। ਹਾਂ ਕੋਈ ਵੀ ਨਹੀਂ ਦਿਸ ਰਿਹਾ ਸਾਨੂੰ, ਆਪਾਂ ਹੀ ਇਕੱਲੇ 2 ਜਣੇ ਆ, ਬਟ ਗੱਡੀਆਂ ਖੜੀਆਂ ਕਈ ਜਾ ਚੁੱਕੇ ਉੱਪਰ ਦਿਨੇ ਦੇ, ਜਾਂ ਤੁਰ ਕੇ ਜਾਂਦੇ ਨਾ, ਤੁਰ ਕੇ 1 ਘੰਟਾ ਲੱਗਦਾ ਹੈ ਉੱਤੇ ਦੇ, ਆਉਣ ਨੂੰ ਨਹੀਂ ਲੱਗਦਾ 1 ਘੰਟਾ, ਆਉਣ ਨੂੰ ਛੇਤੀ ਉਤਰ ਜਾਂਦਾ, ਈਜ਼ੀ ਹੋ ਜਾਣਾ। ਬਟ ਇਹਦਾ ਵਿੱਚ ਵਿੱਚ ਰਸਤੇ ਦਿਸਦੇ ਨਾ ਤੁਹਾਨੂੰ, ਘੁੰਮ ਘੁੰਮ ਕੇ ਤੁਸੀਂ ਉੱਤੇ ਤੇ ਪਹੁੰਚ ਸਕਦੇ ਆ, 1 ਘੰਟਾ ਲੱਗਦਾ। ਉਹ ਨੇ ਸਮ ਜਿਹੜੀ ਸਾਡੀ Airbnb ਵਾਲੀ ਹੈ ਨਾ ਘਰ ਜਿਹੜੀ, ਉਹ ਉਹਨੇ ਦੱਸਿਆ ਸੀਗਾ ਤੁਰ ਕੇ 1 ਘੰਟਾ ਲੱਗਦਾ ਜਾਣ ਨੂੰ, ਹਨਾ 1 ਘੰਟਾ ਲੱਗ ਜਾਂਦਾ, ਤੇ ਬਾਹਰ ਨਾ ਜਾਵਾਂਗੇ ਛੇਤੀ ਪਹੁੰਚ ਜਾਵਾਂਗੇ, 10 ਘੰਟੇ ਪਹੁੰਚ ਜਾਣਾ ਉੱਤੇ ਬਾਅਦ, ਇਹ ਵੀ ਆ ਚਲੋ ਫਿਰ ਪੈਸੇ ਵੀ ਬਚਦੇ ਆ। ਬਟ ਅਸੀਂ ਫਿਰ 2 ਚੀਜ਼ਾਂ ਕਰ ਨਹੀਂ ਸਕਦੇ ਸੀ ਹੁਣ ਇਸ 1 ਦਿਨ 'ਚ। ਪਹਿਲਾਂ ਆਪਾਂ ਉਹ ਮੈਜਿਕ ਫੋਰੈਸਟ 'ਚ ਗਏ ਸੀ, ਹੁਣ ਅਸੀਂ ਇੱਥੇ ਆਏ ਆ, ਤੇ ਅਸੀਂ ਫਿਰ ਦੋਨੋਂ ਚੀਜ਼ਾਂ 1 ਦਿਨ 'ਚ ਔਖੀ ਮੁਸ਼ਕਿਲ ਹੋ ਜਾਣੀ ਹੋ ਗਈ, ਆਉਂਦੇ ਅਸੀਂ ਤੁਰ ਕੇ ਆ ਜਾਣਾ ਉਤਰ ਕੇ ਥੱਲੇ। ਹਾਂਜੀ ਜੇ ਤੁਸੀਂ ਹੁਣ ਹਾਂ ਪੂਰਾ ਹਫਤਾ ਸਨੀ ਵੈਦਰ ਆ ਨਾ, ਗਰਮੀਆਂ ਚਾਹੋ, ਤੁਸੀਂ ਰੋਜ਼ ਦਾ ਦਿਨ ਦਾ ਪਲਾਨ ਬਣਾ ਸਕਦੇ ਆ, ਅਸੀਂ 1 ਦਿਨ ਆ ਕਰਨਾ, 1 ਦਿਨ ਇੱਧਰ, ਫਿਰ ਅਸੀਂ ਤੁਰ ਕੇ ਵੀ ਜਾ ਸਕਦੇ ਆ ਵਿੱਚੋਂ, ਫੇਰ ਹਨਾ ਪੂਰਾ ਦਿਨ ਚਾਹੀਦਾ ਇੱਕ ਚੀਜ਼ ਨੂੰ, ਇੱਕ ਪਾਸੇ ਹੋਵੇ ਪੂਰਾ ਦਿਨ। ਹਾਂਜੀ ਦੋ ਚੀਜ਼ਾਂ ਅਸੀਂ ਕਵਰ ਕਰਨੀਆਂ ਸੀ, ਟਾਈਮ ਸਾਡੇ ਕੋਲ ਫਿਰ ਸ਼ਾਰਟ ਸੀ ਕਿਉਂਕਿ ਮੀਂਹ ਦਾ ਮੌਸਮ ਆ, ਆਟਮ ਦਾ ਚੱਲ ਰਿਹਾ। ਹਾਂ ਜੋ ਅਸੀਂ ਕੈਪਚਰ ਕਰਦੇ ਦਿਖਾਓ, ਇਹ ਵਾਲਾ ਵੇ ਆ, ਜੇ ਇਹ ਵਾਲਾ ਰਸਤਾ ਆ ਜਿੱਦ ਪੈਦਲ ਜਾ ਸਕਦੇ ਆ ਤੇ ਆ ਸਕਦੇ ਆ, ਪੂਰਾ ਪੂਰਾ ਘੁੰਮ ਘੁੰਮ ਕੇ ਜਾਂਦਾ, ਉੱਤੇ ਜਾਣਾ ਔਖਾ ਆ, ਥੱਲੇ ਆਉਣਾ ਸੌਖਾ ਆ, ਥੱਲੇ ਬਸ ਢਿਲਾ ਨਹੀਂ, ਥੱਲੇ ਨੂੰ ਉਤਰਦਾ ਬੰਦਾ ਆਉਂਦਾ ਸਿੱਧਾ ਹੀ, ਥੱਲੇ ਆਪਾਂ ਆ ਜਾਣਾ ਇਧਰੋਂ ਦੀ, ਮੈਂ ਜਦੋਂ ਚੱਲਦੇ ਆ ਥੱਲੇ ਤਾਂ ਬੰਦੇ ਨੇ ਭੁੜਕਦੇ ਨੇ ਆ ਜਾਣਾ ਥੱਲੇ।
ਟਿੰਬਲ ਟ੍ਰੇਨ ਜਿਹੜੀ ਹੁੰਦੀ ਬੰਦ ਹੁੰਦੀ ਸਾਰੀ ਕਵਰ ਲੈ ਕੇ ਜਾਈ ਜਾ ਰਿਹਾ ਉੱਤੇ ਨੂੰ ਹੀ ਹੈ ਸਿੱਧਾ। ਆ ਗਏ ਜੀ, ਪਹੁੰਚ ਗਏ ਸੀ ਅਸੀਂ ਉੱਥੇ ਟੋਪ ਦੇ ਉੱਤੇ ਪਹੁੰਚ ਗਏ ਆ। ਉਹ ਦੇਖੋ ਜੀ, ਇਹਦੇ ਉੱਤੇ ਆਏ ਆ ਅਸੀਂ ਬਹਿ ਕੇ। ਮੇਰੇ ਤਾਂ ਸਹੀ ਹੈ, ਬਸ ਪੈਸੇ ਤਾਂ ਲੱਗਦੇ ਆ ਫਿਰ ਇਹੋ ਜਿਹਾ ਵਿਊ ਲੱਗ ਕੇ ਹੀ ਮਿਲਦਾ ਦੇਖਣ ਨੂੰ। ਪੈਸੇ ਤੋਂ ਬਗੈਰ ਵੀ ਆ, ਫਿਰ ਤੁਰ ਕੇ ਉੱਪਰ ਆਓ, ਤੁਰ ਕੇ ਥੱਲੇ ਜਾਓ, ਫਿਰ ਬੰਦੇ ਹਾਂ ਪੂਰਾ ਦਿਨ ਆਪਣਾ ਇੱਧਰ ਹੀ ਲਾ ਕੇ ਆਓ। ਹਾਂ ਜੀ, ਜੇ ਟੂਰਿਸਟ ਇੱਦਾਂ ਆ ਜਾਂਦੇ ਆ ਕਈ, ਫਿਰ ਟਰੈਕਿੰਗ ਵਾਲੇ ਕੱਪੜੇ ਪਾ ਕੇ ਇੱਦਾਂ ਆ ਜਾਂਦੇ ਆ। ਉਹ ਦੇਖੋ ਜੀ ਪਿੱਛੇ ਪਹਾੜ ਦਾ ਵਿਊ ਕਿੰਨਾ ਸੋਹਣਾ ਆ ਰਿਹਾ। ਉਹ ਥੱਲੇ ਦੇਖੋ ਜੀ, ਛੋਟੇ ਛੋਟੇ ਘਰ ਨਜ਼ਰ ਆ ਰਹੇ ਆ। ਅਸੀਂ ਜੀ ਕੌਫੀ ਪੀ ਲਈ। ਕੀ ਖਾਧਾ? ਇੰਨੀ ਐਕਸਾਈਟਡ ਸੀ ਕਿ ਅਸੀਂ ਵੀਡੀਓ ਲੈਣਾ ਭੁੱਲ ਗਏ ਖਾਣ ਦੇ ਚੱਕੇ। ਭੁੱਖ ਬੜੀ ਮੇਰੀ। ਇੱਕ ਹੈਗੀ ਆ ਉਹ ਪਾ ਉਹ ਫੋਟੋ ਪਾਵਾਂਗੇ। ਉਹ ਚ ਕਿਹੜਾ ਮਸ਼ਹੂਰ ਜਿਹਾ ਕੇਕ ਸੀ? ਗਾਈਸ ਸ਼ਮਾਰਨ, ਉਹ ਹੁੰਦਾ ਪੈਨਕੇਕ ਵਾਂਗੂ ਹੁੰਦਾ ਹੈ, ਬਟ ਥੋੜਾ ਜਿਹਾ ਫਲਫੀਨੈਸ ਹੁੰਦੀ ਹੈ ਪੈਨਕੇਕ ਚ, ਨਾਲ ਹੁੰਦੀ ਐਪਲ ਵਾਲੀ ਚਟਨੀ ਨਾਲ ਦਿੱਤੀ ਸੀ। ਬਹੁਤ ਹੀ ਜ਼ਿਆਦਾ ਸਵਾਦ ਸੀਗੇ। ਮੈਨੂੰ ਉਹਨੇ ਖਾਣਾ ਸੀ ਕੋਈ ਸਾਲਟੀ, ਅਸੀਂ ਨਾਲ ਫਰਾਈਜ਼ ਲੈ, ਮੈਂ ਫਰੈਂਚ ਫਰਾਈਜ਼ ਲੈ। ਮਜ਼ਾ ਬਹੁਤ ਆਇਆ। ਹੁਣ ਤੁਰਦੇ ਹੋਏ ਜਾ ਰਹੇ ਹਾਂ, ਇਸ ਵੇਕ ਇਹ ਰਸਤੇ ਤੋਂ ਥੱਲੇ ਜਾਣਾ ਆਪਾਂ ਤੁਰਦੇ ਹੋਏ, ਹੋਰ ਹੌਲੀ ਹੌਲੀ ਥੱਲੇ ਨੂੰ ਪਾਰਕਿੰਗ ਵੱਲ ਪਹੁੰਚ ਜਾਣਾ ਸੀ। ਇੱਧਰੋਂ ਇੱਧਰ ਪਤਾ ਬਹੁਤ ਉਚਾਈ 'ਤੇ, ਇੱਥੋਂ ਬਿਲਕੁਲ ਨਾਲੋਂ ਦੀ, ਬਿਲਕੁਲ ਨਾਲੋਂ ਦੀ ਹੈਲੀਕਾਪਟਰ ਉੱਡ ਕੇ ਗਿਆ। ਜੇ ਮੈਂ ਡਰੋਨ ਉਡਾ ਲਿਆ ਉਹਨੇ, ਪਹਿਲੀ ਗੱਲ ਤਾਂ ਹੈ ਵਾਰਨਿੰਗ ਜ਼ੋਨ 'ਚ ਆ ਜਾਣਾ, ਉੱਡਣਾ ਨਹੀਂ ਡਰੋਨ। ਇੱਧਰੋਂ ਜਾਵਾਂਗੇ ਥੱਲੇ, ਬਿਲਕੁਲ ਬਿਲਕੁਲ ਪਾਰਕਿੰਗ ਤੋਂ ਉੱਧਰੋਂ ਨਿਕਲਾਂਗੇ, ਇੱਧਰੋਂ ਥੱਲੇ ਜਾਵਾਂਗੇ ਤਾਂ ਬਿਲਕੁਲ ਨਾਲ ਨਾਲ ਥੱਲੇ ਫਾਰੂ ਆ। ਹਾਂ, ਇਹਦਾ ਆਪਾਂ ਦੂਜੇ ਪਾਸੇ ਜਾਂਦੇ, 1 ਕਿਲੋਮੀਟਰ ਥੋੜ੍ਹਾ ਦੂਰ ਉਤਾਰਦਾ ਸਾਨੂੰ, ਕੱਢਣਾ ਸਿਰ ਨੇ। ਹੁਣ ਇੱਧਰੋਂ ਆਪਾਂ ਹੌਲੀ ਹੌਲੀ ਤੁਰਦੇ ਤੁਰਦੇ ਉਤਰਦੇ ਉਤਰਦੇ ਥੱਲੇ ਚੱਲ ਜਾਣਾ, ਬਿਲਕੁਲ ਨਾਲ ਨਾਲ। ਬਸ ਬਿਲਕੁਲ ਥੱਲੇ ਡੂੰਘੀ ਚਲਾਣ ਹੈ, ਹੋਰ ਉਤਰਨ ਲੱਗੇ ਨਹੀਂ ਬੰਦੇ ਨੂੰ ਔਖਾ ਲੱਗਦਾ, ਚੜ੍ਹਨ ਲੱਗੇ ਲਾ ਚੜ੍ਹਨ ਲੱਗੇ, ਤਾਂ ਹੀ ਆਪਾਂ ਉਹ ਲੈ ਕੇ ਆ ਗਏ ਦੂਜੀ ਵਾਲੀ। ਥੋੜ੍ਹੇ ਬਿੱਲਾ ਹੋਇਆ ਨਾ ਸਰਦੀਆਂ ਨੂੰ, ਜਿੱਦਾਂ ਇੱਥੇ ਆਪਣਾ ਆਈਸ ਹੋ ਜਾਂਦੀ ਸਾਰੀ, ਆਈਸ 'ਤੇ ਸਕੇਟਿੰਗ, ਆਈਸ ਸਕੇਟਿੰਗ ਕਰਦੇ ਆ ਲੋਕ, ਕੀ ਕਰਦੇ? ਹਾਂ, ਬੱਚੇ ਬਹਿ ਕੇ ਜਾਂਦੇ ਆ ਸਲਾਈਡ ਨਾਲ ਥੱਲੇ ਜਾਂਦੇ, ਔਰ ਉੱਤੇ ਵੀ ਬਰਫ ਪੈਂਦੀ, ਆਈਸ ਸਕੇਟਿੰਗ ਵੀ ਕਰਦੇ ਉੱਤੇ। ਅਸੀਂ ਕਿਹਾ ਸੀ ਪਿੱਛੇ ਆ ਪਿੱਛੇ ਜਿੱਥੇ ਪਹਾੜੀ ਜੀ ਸੀਗੀ ਉੱਥੇ ਆਈਸ ਸਕੇਟਿੰਗ ਵੀ ਕਰਦੇ ਆ ਲੋਕੀ। ਚੱਲਦਾ ਗਰਮੀਆਂ 'ਚ ਤੁਸੀਂ ਆਪਣਾ ਮਤਲਬ ਸਾਡੀ ਆਪਣੀ ਚੋਇਸ ਸੀਗੀ, ਆਪਾਂ ਖੁਦ ਹੀ ਚੁਣਿਆ, ਆਪਾਂ ਉਤਰਨਾ ਪੈਦਲ ਹੀ ਹੈ। ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਹਾਂ ਹੁਣ ਥੱਲੇ। ਸੀਲ ਦਾ ਮਤਲਬ ਹੁੰਦਾ ਹੈ, ਕੀ ਹੁੰਦਾ ਸੀਲ ਦਾ ਮਤਲਬ ਦੱਸੋ? ਸੀਲ ਦਾ ਮਤਲਬ ਹੁੰਦਾ ਫਿਨਿਸ਼, ਫਿਨਿਸ਼ ਲਾਈਨ ਤੇ ਪਹੁੰਚ ਗਏ ਹਾਂ। ਸਾਨੂੰ ਇਹ ਪੂਰਾ ਵੇ ਥੱਲੇ ਉਤਰਨ ਨੂੰ ਲੱਗਾ ਪੂਰਾ ਅੱਧਾ ਘੰਟਾ, ਅੱਧੇ ਘੰਟੇ 'ਚ ਆਪਾਂ ਥੱਲੇ ਉਤਰ ਗਏ। ਹਾਂ, ਥੱਲੇ ਉਹ ਦੇਖੋ ਜੀ ਹੁਣ
हाँ जी यहो जी व्यू ही है बस जो तो बहुत घट देखने को मिलते हैं। चलो जी फिर इसी के नाल इतने वीडियो को खत्म करते हैं, फिर मिलते रहेंगे अच्छी अच्छी वीडियो। वीडियो अच्छी लगे तो लाइक सबसक्राइब और शेयर जरूर करो, ठीक है जी। और मैडम तो बह गई अंदर, हम असी भी अंदर चलते हैं। ओके असी भी अंदर बहने हम चल के। ओके जी फिर बाय बाय, टेक केयर।